ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਆਪਾਂ ਬਣਾਉਣ ਜਾ ਰਹੇ ਹਾਂ ਨੀ ਡੋਸਾ। ਉਹਦੇ ਵਾਸਤੇ ਆਪਾਂ ਲਏ ਆ ਚਾਵਲ ਇੱਕ ਕਟੋਰੀ, ਜੋ 4 ਘੰਟੇ ਪਹਿਲਾਂ ਭਿਉਂ ਕੇ ਰੱਖੇ ਹੋਏ ਸੀ। ਅਤੇ ਉਹਨਾਂ ਵਾਸਤੇ ਲਿਆ ਸਟਫਿੰਗ ਵਾਸਤੇ ਲਏ ਆ ਉਬਲੇ ਆਲੂ, ਜੋ ਆਪਾਂ ਬਰੀਕ ਕੱਟ ਲਏ ਨੇ। ਇਹਨਾਂ ਦੇ ਵਿੱਚ ਧਨੀਆ, ਹਰੀ ਮਿਰਚ, ਨਮਕ ਮਿਰਚ ਸਵਾਦ ਅਨੁਸਾਰ ਮਿਕਸ ਕੀਤਾ। ਅਤੇ ਪਨੀਰ ਲਿਆ ਆਪਾਂ, ਕਰਸ਼ ਕੀਤਾ ਪਨੀਰ, ਧਨੀਆ, ਨਮਕ ਮਿਰਚ ਅਤੇ ਮਸਾਲਾ ਪਾ ਕੇ। ਅਤੇ ਉਹਨਾਂ ਵਾਸਤੇ ਲਿਆ ਵਿੱਚ ਸਟਫਿੰਗ ਵਾਸਤੇ ਲਿਆ ਆਪਾਂ ਨਾਰੀਅਲ। ਇਹਨੂੰ ਆਪਾਂ ਸਟਫਿੰਗ ਵਾਸਤੇ ਪਾ ਸਕਦੇ ਹਾਂ, ਅਤੇ ਆਪਾਂ ਜੋ ਚਾਵਲ ਪੀਸਾਂਗੇ ਬਰੀਕ ਅਤੇ ਉਹਦੇ ਵਿੱਚ ਵੀ ਪਾਵਾਂਗੇ। ਇਹਦੇ ਵਿੱਚ ਆਪਾਂ 3 ਕੌਲੀਆਂ ਪਾਣੀ ਪਾਵਾਂਗੇ ਅਤੇ ਇਹਨਾਂ ਨੂੰ ਬਿਲਕੁਲ ਬਰੀਕ ਪੀਸ ਲੈਣਾ। ਇਹਦੇ ਵਿੱਚ ਕੋਈ ਦਾਣਾ ਨਾ ਰਹੇ, ਬਿਲਕੁਲ ਵੀ ਰੱਕਣਾ ਨਹੀਂ ਚਾਹੀਦਾ ਹੈਗਾ, ਬਿਲਕੁਲ ਹੀ ਬਰੀਕ ਬਰੀਕ ਪੀਸ ਲੈਣਾ। ਹਾਂਜੀ, ਹੁਣ ਆਪਾਂ ਚਾਵਲ ਨੂੰ ਬਰੀਕ ਪੀਸਾਂਗੇ। ਇਹਦੇ ਵਾਸਤੇ ਆਪਾਂ ਮਿਕਸੀ ਦੇ ਮੱਗ ਦੇ ਵਿੱਚ ਚਾਵਲਾਂ ਨੂੰ ਪਾ ਲਵਾਂਗੇ। ਫਿਰ ਥੋੜ੍ਹਾ ਪਾਣੀ ਪਾਵਾਂਗੇ, ਪਹਿਲਾਂ ਥੋੜ੍ਹਾ ਪਾਣੀ ਪਾ ਕੇ ਇਹਨਾਂ ਨੂੰ ਮਿਕਸ ਕਰਾਂਗੇ। ਲੋੜ ਮੁਤਾਬਕ ਪਾਣੀ ਐਡ ਕਰਾਂਗੇ, ਜ਼ਿਆਦਾ ਪਾਣੀ ਨਹੀਂ ਪਹਿਲਾਂ ਪਾਉਣਾ ਹੈਗਾ, ਫਿਰ ਉਹਦੇ ਨਾਲ ਵੀ ਸਹੀ ਤਰ੍ਹਾਂ ਨਹੀਂ ਹੋਣਾ ਆਪਣਾ। ਇਹਦੇ ਵਿੱਚ ਨਾਰੀਅਲ ਐਡ ਕਰਾਂਗੇ। ਹਾਂਜੀ, ਹੁਣ ਆਪਣਾ ਮਿਕਸਚਰ ਬਣ ਕੇ ਰੈਡੀ ਆ। ਆਹ ਦੇਖੋ ਕਿੰਨਾ ਸੋਹਣਾ ਬਣਿਆ, ਬਿਲਕੁਲ ਸਮੂਥ ਬਣਾਉਣਾ। ਇਹਦੇ ਵਿੱਚ ਕਣੀ ਨਹੀਂ ਰੜਕਣੀ ਚਾਹੀਦੀ ਹੁੰਦੀ ਹੈਗੀ, ਕਿ ਚਾਵਲ ਦੀ ਕਣੀ ਹੋਵੇ। ਅਤੇ ਆਪਾਂ ਇਹਨੂੰ ਬਿਲਕੁਲ ਪਤਲਾ ਕਰ ਲੈਣਾ, ਜਿਵੇਂ 3 ਕੌਲੀਆਂ ਪਾਣੀ ਦੀਆਂ ਐਡ ਕਰਨੀਆਂ ਹੁੰਦੀਆਂ ਨੇ। ਆਪਾਂ ਪਹਿਲਾਂ 2.5 ਕੌਲੀਆਂ ਪਾਣੀ ਦੀ ਐਡ ਕਰਾਂਗੇ, ਕਿਉਂਕਿ ਬਿਲਕੁਲ ਇਹ ਚਾਹੀਦਾ ਹੁੰਦਾ, ਜਿਵੇਂ ਦੁੱਧ ਹੁੰਦਾ, ਲੱਸੀ ਹੁੰਦੀ ਆ, ਇਸ ਤਰ੍ਹਾਂ ਦਾ ਬਣਨਾ ਚਾਹੀਦਾ, ਬਿਲਕੁਲ ਪਤਲਾ, ਥਿੱਕ ਨਹੀਂ ਰਹਿਣਾ ਚਾਹੀਦਾ। ਨਾਲ ਦੀ ਨਾਲ ਹਿਲਾਉਂਦੇ ਰਵਾਂਗੇ। ਇਹਦੇ ਵਿੱਚ ਆਪਾਂ 1/2 ਚਮਚਾ ਨਮਕ ਦਾ ਪਾਵਾਂਗੇ। ਦੇਖੋ ਇਸ ਤਰ੍ਹਾਂ ਦਾ ਰੱਖਣਾ ਹੁੰਦਾ। ਆਪਾਂ ਪਾਣੀ ਥੋੜ੍ਹਾ ਹੋਰ ਐਡ ਕਰਦੇ ਹਾਂ, ਕਿਉਂਕਿ 1 ਕੌਲੀ ਤਾਂ 1/2 ਕੌਲੀ ਦੇ ਤਕਰੀਬਨ ਪਹਿਲਾਂ ਆਪਾਂ ਜਿਵੇਂ ਚੌਲਾਂ ਬਰੀਕ ਪੀਸਿਆ ਉਦੋਂ ਐਡ ਕੀਤੀ ਆ, ਅਤੇ ਲਗਭਗ 2 ਹੋ ਗਈ। ਪਹਿਲਾਂ ਆਪਾਂ 2.5 ਕੀ ਪਾਵਾਂਗੇ। ਹਾਂਜੀ, ਹੁਣ ਆਪਾਂ ਨੌਨ ਸਟਿਕ ਪੈਨ ਲਵਾਂਗੇ, ਉਹਨੂੰ ਪੂਰਾ ਗਰਮ ਹੋਣ ਦੇਵਾਂਗੇ, ਥੋੜ੍ਹਾ ਆਇਲ ਲਾਵਾਂਗੇ ਅਤੇ ਇਹਨੂੰ ਆਪਾਂ ਹਾਈ ਫਲੇਮ 'ਤੇ ਰੱਖਣਾ। ਅਤੇ ਆਪਣਾ ਹੁਣ ਪੈਨ ਗਰਮ ਹੋ ਚੁੱਕਿਆ, ਆਪਾਂ ਇਹਦੇ ਵਿੱਚ ਬੈਟਰ ਫੈਲਾਵਾਂਗੇ ਡੋਸੇ ਦਾ। ਡੋਸੇ ਦਾ ਬੈਟਰ ਹਿਲਾਉਂਦੇ ਰਹਿਣਾ ਚਾਹੀਦਾ, ਥੱਲੇ ਬੈਠ ਜਾਂਦਾ ਨਹੀਂ। ਕਿਨਾਰਿਆਂ 'ਤੇ ਆਇਲ ਲਾਵਾਂਗੇ, ਦੇਖੋ ਕਿੱਦਾਂ ਸੋਹਣਾ ਬਣਦਾ, ਜਾਲੀ ਬਣਦੀ ਹੈ, ਬਹੁਤ ਹੀ ਖਾਣ ਵਿੱਚ ਬਹੁਤ ਹੀ ਟੇਸਟੀ ਹੁੰਦਾ। ਆਲੂ ਦੀ ਸਬਜ਼ੀ ਨਾਲ ਵੀ ਖਾ ਸਕਦੇ ਹਾਂ, ਨਾਰੀਅਲ ਦੀ ਚਟਨੀ ਨਾਲ ਵੀ ਖਾ ਸਕਦੇ ਹਾਂ। ਹੁਣ ਆਪਾਂ ਇਹ ਥੋੜ੍ਹੇ ਟਾਈਮ ਵਾਸਤੇ ਢੱਕ ਦੇਵਾਂਗੇ। ਜਦੋਂ ਡੋਸਾ ਬਣ ਜਾਂਦਾ ਕਿਨਾਰਿਆਂ ਤੋਂ ਆਪਣੇ ਆਪ ਉੱਠ ਜਾਂਦਾ, ਦੇਖੋ ਕਿੰਨਾ ਸੋਹਣਾ ਬਣਿਆ। ਇਸ ਤਰ੍ਹਾਂ ਹੀ ਆਪਾਂ ਸਾਰੇ ਡੋਸੇ ਤਿਆਰ ਕਰ ਲਵਾਂਗੇ। ਇਹਨੂੰ ਦੂਸਰੇ ਪਾਸੇ ਤੋਂ ਨਹੀਂ ਸੇਕਣਾ ਹੁੰਦਾ, ਕਿਉਂਕਿ ਬਹੁਤ ਜ਼ਿਆਦਾ ਪਤਲਾ ਹੁੰਦਾ, ਉਹਦੇ ਕਾਰਨ ਕਿ ਇਹ ਆਪਣੇ ਆਪ ਹੀ ਤਿਆਰ ਹੁੰਦਾ, ਵਧੀਆ ਬਣ ਜਾਂਦਾ। ਅਤੇ ਹੁਣ ਆਪਾਂ ਦੂਸਰਾ ਡੋਸਾ ਵੀ ਤਿਆਰ ਕਰਦੇ ਹਾਂ।
बहुत ही टेस्टी डोसे बनते हैं ये नीर डोसा। आप एक आलू की स्टफिंग वगैरह भी बनावे, पनीर की स्टफिंग वगैरह भी बनावे, यू आप सब्जी में खा सकते हैं, सब्जी ना हो भी खाधे जाते हैं क्योंकि बहुत ही टेस्टी होंगे। थोड़ी देर वास्ते ढकेंगे, अपना दूसरा डोसा भी बन के तैयार हो गया। हूँ आप स्टफिंग वाले डोसे बनावे। बैटर में हिलाते रहना चाहिए, नीचे बैठ जाते चावलों का जो मिक्सचर है। हौली हौली आराम नाल बनाते रहो, सही जानी बबल्स आ जाते हैं तो आप पता लग जाता भी वधिया बन गया। किनारियां ते ऑयल लगावांगे, हूँ आप जो स्टफिंग तैयार की पनीर की वो पावे उपर। बहुत ही मज़ेदार लाजवाब नीर डोसा बन के तैयार होंगे, तुसी भी बनायो जरूर इस तरह बनायो क्योंकि बिल्कुल आसान तरीके बन जाते ने। सारे ट्राई करियो तो दस्यो कमेंट करके मेरे बिच की कमी रही है, मैं किस तरह बनाती तो तुसी किस तरह बनाते हो दस्यो। वीडियो चंगी लगे लाइक करियो, चैनल नू सब्सक्राइब करियो प्लीज़, एक लाइक तो बनता है। ये भी हूँ पनीर की सरंग वाला पनीर डोसा अपना बन के तैयार है। तुसी इस तरह बना सकते हो ना, कोई सब्जी नाल खाने दिल करता हो आपां इहनूं इस तरह स्टफिंग पा के, आलू की स्टफिंग पा के भी, पनीर की स्टफिंग पावे, कोई भी दिल करता हो, प्याज पा के भी, हरी मिर्च पा के, कोई भी चटनी चुटनी वगैरह पा के भी आपां इहनूं बना सकते हैं ते खा सकते हैं। हर तरह के नाल ही वधिया लगदा, किसी सब्जी नाल भी खा सकते हैं। हुण आपां इक आलूआं की स्टफिंग वाला बनावांगे। दुध नाल भी खा सकते हैं, दुध नाल भी खा सकते हैं अपन, नारियल दुध नाल भी खाते हैं तो वैसे भी जिहड़ा आप आम दुध पीने उहदे विच भी थोड़ा मिठा पा के बहुत ही टेस्टी लगते। आप आलू दे विच पाई सी कि हरी मिर्च, धनिया, नमक मिर्च स्वाद अनुसार, करारा करारे वधिया लगता हुंदा, इन्ना सुंदर बन रहा है ना कलरफुल। हुण आपां इहनूं 1.5 मिनट वास्ते ढक देवांगे, इहदे नाल इह बहुत वधिया तरह सारा ही बन जांदा, सारी रोस्ट हो जांदा। लो जी हुण अपना आलू की स्टफिंग वाला डोसा बन के भी तैयार है। अपन जो बैटर बनाया हुंदा है नाल दी नाल थोड़ा हिलाते रहना चाहिए क्योंकि वह थले जमा हो जाता है, चावल का जो आटा हों थले बैठ जाते नाल दी नाल हिलाते रहना चाहिए। आप इस तरह हूँ सारे आप नीर डोसे तैयार कर लेंगे, कि किनारियां ते सारियां दे ऑयल लगाना जरूरी हुंदा, उहदे नाल किनारियां तों जल्दी उठ जांदा। दो मिनट वास्ते ढक देंगे,
गैस की फ्लेम मीडियम कर देवे। तैयार है इस तरह आप सारे डोसे तैयार कर सकते हैं। हाँ जी हूँ अपने डोसे बन के तैयार है। देखो कितने सोहने बने हैं। तो आप इनू सब्जी नाल भी खा सकते हैं, हरी चटनी नाल भी खा सकते हैं, उबले हुए आलूआं दी स्टफिंग जिहड़ी सी उहदे नाल भी खा सकते हैं। आप स्टफिंग वाले भी बनाए जो कि बहुत ही टेस्टी बने हैं। आप तुहानू हुण दिखाउने आ, देखो किन्ने वधिया बने ना जालीदार। आप इस तरह बहुत ही टेस्टी बने, जम्मी जम्मी तुसी भी बनायो। वीडियो नू लाइक करो, चैनल नू सबसक्राइब करो। धन्यवाद जी।